ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਵੀਰੇ ਗੈਸ ਨਹੀਂ ਆਉਣ ਡਈ। ਹਾਂਜੀ ਗੈਸ ਨਹੀਂ ਆਉਣ ਡਈ। ਤੁਸੀਂ ਕਿਸੇ ਡਾਕਟਰ ਕੋਲ ਜਾਓ, ਗੈਸ ਨਹੀਂ ਆਉਣ ਡਈ। ਡਾਕਟਰ ਕੋਲ ਕਿਉਂ? ਹਾਂ ਤੇ ਮੇਰੇ ਕੀ ਹਕੀਮ ਦੀ ਦੁਕਾਨ, ਮੈਂ ਫਕੀਰ ਦੇ ਨਾਲ ਗੈਸ ਨਹੀਂ ਆਉਣ ਡਈ ਤੇ ਗੈਸ ਨਹੀਂ ਆਉਂਦੀ ਤੇ ਡਾਕਟਰ ਨਹੀਂ ਆਉਣਾ। ਹਕੀਮ ਹੁੰਦਾ ਤੇ ਆਪਣੀ ਗੈਸ ਦਾ ਇਲਾਜ ਨਾ ਕਰਦਾ। ਮੈਂ ਗੈਸ ਆਪਣੀ ਦਾ ਇਲਾਜ ਕਿਉਂ ਕਰਨਾ? ਮੈਂ ਤੇ ਸਿਲੰਡਰ ਰੱਖੇ ਕੇ ਮਜੂਣਾ ਲਾ ਕੇ ਬੈਠਾ ਵਾਂ, ਮਜੂਣਾ ਪਈਆਂ ਮੇਰੇ ਕੋਲ। ਕਿਹੜੇ ਹਕੀਮ ਵਾਲੇ ਪਾਸੇ ਟੁਰ ਪਿਆ? ਮੈਂ ਕਹਿਣ ਦੀ ਵੀ ਹਕੂਮਤ ਨੇ ਗੈਸ ਬੰਦ ਕਰ ਦਿੱਤੀ ਹੈ। ਅੱਛਾ, ਹਕੂਮਤ ਨੇ ਹਰ ਬੰਦੇ ਦੀ ਬੰਦ ਕੀਤੀ ਹੋਈ ਹੈ ਗੈਸ? ਗੱਲ ਤੇ ਤੂੰ ਸਹੀ ਕਰਨਾ, ਹਕੂਮਤ ਨੇ ਤੇ ਬੰਦ ਕੀਤੀ ਪਈ ਹੈ ਗੈਸ ਜਿਹੜੀ ਹੈ ਨਾ। 3 ਘੰਟੇ ਆਉਂਦੀ ਹੈ ਤੇ ਮੁੜ ਕੇ 12-12 ਘੰਟੇ ਆਉਂਦੀ ਹੀ ਨਹੀਂ। ਖਾਨੀ ਕੀ ਹੈ ਤੂੰ? ਮਤਲਬ 3 ਘੰਟੇ ਤੈਨੂੰ ਗੈਸ ਆਉਂਦੀ ਤੇ ਬਾਕੀ ਨਹੀਂ ਆਉਂਦੀ? ਬਹੁਤਾ ਹੀ ਤੇਰਾ ਗੈਸ ਤੇ ਆਪ ਨੂੰ ਲੱਗਦਾ ਬੀਬੀ ਤੇਜ਼ ਆ। ਵੀਰੇ 12 ਘੰਟੇ ਗੈਸ ਨਾ ਨਾ ਆਵੇ ਤੇ ਬੰਦਾ ਮਰਨ ਵਾਲਾ ਹੋ ਜਾਂਦਾ ਵਾ। ਰੋਟੀ ਕਿੱਥੋਂ ਪਕਾਣੀ, ਹਾਂਡੀ ਕਿੱਥੋਂ ਪਕਾਣੀ, ਬੱਚੇ ਭੁੱਖੇ ਹੁੰਦੇ ਆ। ਹਾਂ ਨਹੀਂ, ਗੈਸ ਹੋਣ ਜੇ 5 ਮਿੰਟ ਨਾ ਆਵੇ ਤੇ ਬੰਦਾ ਵੈਸੇ ਮਰਨ ਵਾਲਾ ਹੋ ਜਾਂਦਾ। ਗੈਸ ਚੜਦੀ ਦਿਮਾਗ ਨੂੰ, ਦਿਲ ਬੰਦ ਕਰ ਚੜਦੀ। ਸਹੀ ਗੱਲ, ਗੈਸ ਦਾ ਇਲਾਜ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਗੈਸ ਤੇ ਜਿਹੜੀ ਬੰਦ ਉਹਨਾਂ ਨੇ ਕੀਤੀ ਜ਼ਿੰਦਗੀ ਚ ਹਨੇਰਾ ਵੀ ਉਹਨਾਂ ਨੇ ਕੀਤਾ ਹੋਇਆ ਵਾ, ਬਿੱਲ ਵੇਖ ਕਿੱਡੇ ਕਿੱਡੇ ਆਉਂਦੇ ਆ। ਹਾਂ ਸਹੀ ਗੱਲ ਆ, ਹੁਣ ਤੇ ਕੋਈ ਇਹੋ ਜਿਹਾ ਹੁਕਮਰਾਨ ਆਵੇ ਵੀ ਜ਼ਿੰਦਗੀ ਚ ਸਵੇਰਾ ਹੋ ਜਾਏ। ਮੁਸ਼ਕਲ ਹੀ ਆ, ਕੰਮ ਸਵੇਰਾ ਤੇ ਤਾਂ ਹੀ ਹੋਣਾ ਵਾ ਜੇ ਤੇਰੀਆਂ ਅੱਖਾਂ ਬੰਦ ਹੋ ਜਾਣ ਕਿਤੇ, ਫਿਰ ਤੈਨੂੰ ਹਨੇਰੀ ਨਾ ਬਿਜਲੀ ਦੀ ਟੈਨਸ਼ਨ ਨਾ ਗੈਸ ਦੀ ਟੈਨਸ਼ਨ ਨਾ। ਵੀਰੇ ਸਵੇਰਾ ਉਦੋਂ ਹੋਣਾ ਜਦੋਂ ਗੈਸ ਆਉਣੀ। ਚਲੋ ਤੁਹਾਨੂੰ ਨਹੀਂ ਤਾਂ ਫਿਰ ਹਨੇਰਾ ਹੀ ਆ। ਤੇ 7 ਆ ਵੀ ਜੇ ਨਾ ਚੂਰਨ ਪਾ ਕੇ ਪੀਤੇ ਤੈਨੂੰ ਗੈਸ ਖੁੱਲ ਗਿਆ ਵਗੀ ਤੇ ਮੌਜਾਂ ਕਰੀ। ਮੈਂ ਕਿਹੜੀ ਗੱਲ ਕਰ ਰਹੀ? ਮੈਨੂੰ ਕੀ ਪਤਾ, ਆਈ ਕਿਹੜੇ ਕੰਮ, ਗੈਸ ਚਾਹੀਦੀ, ਗੈਸ ਭਰਾਉਣੀ, ਕੀ ਕਰਨਾ ਵਾ। ਗੈਸ ਆਉਂਦੀ ਤੇਰੇ ਕੋਲ? ਮੇਰੇ ਕੋ ਗੈਸ ਆਉਂਦੀ ਹੈ ਤੇ ਵੇਚਣ ਡਿਆ ਮੈਂ। ਉਹੀ ਪੁੱਛਦੀ ਵੀ ਹੈ ਗੈਸ ਤੇਰੇ ਕੋ? ਉਹ ਹੈ ਵਾ ਗੈਸ ਹੀ ਆ, ਹੋਰ ਮੈਂ ਮਤਲਬ ਲਾਲ ਪੰਪ ਲਾਏ ਹੋਏ ਆ। ਇਹ ਗੈਸ ਪਿੱਛੋਂ ਮੰਗਾਉਣਾ ਜਾਂ ਮਤਲਬ ਤੇਰੇ ਕੋ ਪਹਿਲੇ ਦੀ ਆਪ ਬਣਾਉਣਾ ਤੇ ਵੇਖੇ? ਨਹੀਂ ਗੈਸ ਤਾਂ ਤੈਨੂੰ ਨਹੀਂ ਪਤਾ ਗੈਸ ਕਿੱਥੋਂ ਆਉਂਦੀ ਹੈ, ਪਿੱਛੋਂ ਆਉਂਦੀ ਹੈ ਜਾਂ ਬੰਦਾ ਗੈਸ ਆਪ ਬਣਾਉਂਦਾ? ਗੈਸ ਪਿੱਛੋਂ ਹੀ ਆਉਂਦੀ ਹੈ। ਅੱਛਾ, ਵੀ ਤੇਰੇ ਕੋ ਪਿੱਛੋਂ ਹੀ ਆਉਂਦੀ ਹੈ? ਮੇਰੇ ਕੋ ਨਹੀਂ, ਹਰ ਬੰਦੇ ਨੂੰ ਹੀ ਪਿੱਛੋਂ ਆਉਂਦੀ ਹੈ। ਆ ਗੈਸ ਦੇ ਪੈਪ ਪਏ ਨੇ, ਗੈਸ ਪਿੱਛੋਂ ਹੀ ਆਉਂਦੀ ਹੈ ਤੇ ਚੁੱਲ੍ਹਿਆਂ 'ਚ ਵੜਦੀ ਹੈ। ਹੋਰ ਗੈਸ ਮਤਲਬ ਮੈਂ ਦਾਲ ਖਾ ਕੇ ਬਣਾਉਣਾ ਵਾ ਜਾਂ ਮੈਂ ਸਾਗ ਖਾ ਲੈਣਾ ਤੇ ਬਣ ਜਾਂਦੀ ਹੈ? ਨਹੀਂ, ਮੈਂ ਜਿਨ੍ਹਾਂ ਜਿਨ੍ਹਾਂ ਦੀਆਂ ਦੁਕਾਨਾਂ ਹੁੰਦੀਆਂ ਨਾ ਉਹ ਆਪਣੀ ਆਪਣੀ ਮਤਲਬ ਜਿਹੜੀ ਚੀਜ਼ ਵੇਚਣ ਦੇ ਹੁੰਦੇ, ਬਾਜ਼ੂਕਾਤ ਕਿਸੇ ਕੋਲੋਂ ਲੈ ਲੈਂਦੇ, ਬਾਜ਼ੂਕਾਤ ਆਪ ਬਣਾਉਣ ਦੇ ਹੁੰਦੇ। ਆਪ ਬਣਾਉਣ ਦੇ ਹੁੰਦੇ ਨੇ? ਮੈਂ ਤੇ ਦਹੀਂ ਭੱਲੇ ਬਣਾਉਣ ਦੇ। ਬੀਬੀ ਕੀ ਐਸੀ ਗੱਲ ਕਰਨੀ ਹੈ ਤੂੰ? ਗੈਸ ਆਉਂਦੇ ਸਿਲੰਡਰ LPG ਇਹ ਆਉਂਦੇ ਨੇ ਟਰੱਕਾਂ ਦੇ ਵਿੱਚ ਸਾਡੇ ਕੋਲ, ਐਂ ਲਿਆ ਕੇ ਇੱਥੇ ਭਰ ਕੇ ਫਿਰ ਭਰ ਕੇ ਅਸੀਂ ਇਹਨਾਂ 'ਚੋਂ ਕੱਢ ਕੇ ਤੇ ਸਿਲੰਡਰਾਂ 'ਚ ਭਰ ਕੇ ਵੇਚੀ ਦੀ ਹੈ। ਜੇ ਪਿੱਛੋਂ ਆਉਂਦੀ ਹੋਵੇ ਤੇ ਹੁਣ ਹਰ ਘਰ 'ਚ ਨਾ ਆਵੇ। ਤੁਹਾਡੀ ਬੰਦ ਨਹੀਂ ਰਹਿੰਦੀ 2-2 ਦਿਨ? ਗੈਸ ਮੇਰੀ ਗੱਲੀ ਦੀ ਥੋੜੀ ਬੰਦ ਰਹਿੰਦੀ, ਹਰ ਘਰ ਦੀ ਬੰਦ ਰਹਿੰਦੀ, ਪੂਰੇ ਪੂਰੇ ਮਹੱਲੇ ਦੀ, ਪੂਰੇ ਸ਼ਹਿਰ ਦੀ ਬੰਦ ਹੁੰਦੀ। ਸਹੀ ਗੱਲ ਆ, ਤੇ ਫਿਰ ਪੂਰੇ ਜਿਹੜੀ ਆਵਾਮ ਆ ਨਾ ਬੜੀ ਪਰੇਸ਼ਾਨ ਆ ਵੀ ਗੈਸ ਨਹੀਂ ਆਉਂਦੀ। ਅੱਛਾ, ਮੈਂ MNA ਆ, ਮੈਂ ਮਸਲੇ ਸੁਣਨ ਆਇਆ, ਵਜ਼ੀਰ ਆ ਮੈਂ, ਮੈਨੂੰ ਦੱਸੋ ਤੁਸੀਂ ਕਿੰਨੀ ਗੈਸ ਲੈਣੀ ਹੈ? ਮੇਰੇ ਨਾਲ ਗੱਲਾਂ ਕਾਹਦੀਆਂ ਐਡੀਆਂ ਵਧਾ ਵਧਾ ਕੇ ਕਰਦੇ? ਸਹੀ ਗੱਲ ਆ। ਅੱਛਾ ਵੀਰੇ, ਹਾਂ ਜ਼ਿਆਦਾ ਦੇਰ ਗੈਸ ਨਾ ਆਵੇ ਤੇ ਦਰਦ ਹੋਣ ਲੱਗ ਪੈਂਦੀ ਹੋਊ? ਕਿੰਨੂੰ, ਸਿਲੰਡਰ ਨੂੰ ਕਿ ਢਿੱਡ ਨੂੰ? ਨਹੀਂ ਨਹੀਂ ਵੀ ਤੇਰੀ ਇੱਥੇ ਗੈਸ ਜਿਹੜੀ ਤੂੰ ਮੰਗਾਈ ਹੁੰਦੀ ਹੈ ਨਾ ਤੇਰੀ ਦੁਕਾਨ ਤੇ ਪਹੁੰਚੀ ਤੇ ਤੇਰੇ ਸਿਰ 'ਚ ਦਰਦ ਨਹੀਂ ਹੋਣ ਲੱਗਾ? ਮੇਰੇ ਸਿਰ 'ਚ ਦਰਦ ਹੋਵੇ, ਗਾਹਕ ਮੇਰੀ ਜਾਨ ਨੂੰ ਰੋਣ ਦੇ ਹੁੰਦੇ ਨੇ, ਉਹਨਾਂ ਨੂੰ ਗੈਸ ਦੇਣੀ ਹੁੰਦੀ ਹੈ, ਲੇਕਿਨ ਟਾਈਮ ਤੇ ਹੀ ਆਉਂਦੀ ਹੈ। ਬੇਫਿਕਰ ਹੋ ਜਾ ਤੂੰ, ਜਦੋਂ ਵੀ ਚਾਹੀਦੀ ਹੋਈ ਤੈਨੂੰ ਗੈਸ ਲੱਭ ਜਾਉ, ਛਾਪਰ 'ਚ ਭਰ ਦਿਆ ਤੈਨੂੰ। ਜਦੋਂ ਦਰਦ ਹੋਵੇ ਨਾ, ਗੈਸ ਨਾ ਆ ਰਹੀ ਹੋਵੇ ਤੇ ਦਰਦ ਹੋਵੇ, ਤੇ ਉੱਠ ਕੇ ਬੰਦਾ 2-4 ਚੱਕਰ ਲਾ ਲੈਂਦਾ। ਉਹ ਤੂੰ ਕਿਹੜੀ ਗੈਸ ਦੀ ਗੱਲ ਕਰਨ ਦੀ ਹੈ ਬੀਬੀ, ਮੈਨੂੰ ਇਹ ਦੱਸ ਦੇ ਪਹਿਲੇ। ਬਈ ਇੰਤਜ਼ਾਰ ਕਰਦਾ ਵਾ ਨਾ ਇੱਥੇ ਆਪਣੇ ਦੁਕਾਨ ਦੇ ਅੱਗੇ, 3-4 ਚੱਕਰ ਲਾ ਲਿਆ ਕਰ, ਉਨੀ ਦੇਰ ਤੱਕ ਗੈਸ ਲੈ ਕੇ ਪਹੁੰਚ ਜਾਂਦੇ। ਓਏ ਆ ਜਾਂਦੇ ਨੇ, ਉਹਨਾਂ ਦਾ ਟਾਈਮ ਹੁੰਦਾ ਵਾ, ਤੈਨੂੰ ਕਿੰਨੀ ਗੈਸ ਚਾਹੀਦੀ ਮੈਨੂੰ ਉਹ ਦੱਸ, ਐਵੇਂ ਦਿਮਾਗ ਨਾ ਮੇਰਾ ਖਾ, ਮੈਨੂੰ ਕੋਈ ਕੰਮ ਵੀ ਦੁਨੀਆ ਦਾ ਕਰ ਦਿੰਦੇ। ਬੱਚਿਆਂ ਨੇ ਮੰਗਾਈ ਕੱਲ ਨਾ 2 ਲੀਟਰ ਦੀ ਬੋਤਲ ਪੈਪਸੀ ਦੀ। ਅੱਛਾ, ਇੱਕ ਗਲਾਸ ਪੀਤਾ ਵਾ, ਮੁੜ ਕੇ ਬੱਚੇ ਕਹਿਣ ਲੱਗ ਪਏ ਇਹਦੇ ਚੋਂ ਤੇ ਗੈਸ ਹੀ ਨਿਕਲ ਗਈ, ਢੱਕਣ ਖੋਲਿਆ ਨਾ, ਕਹਿੰਦੇ ਇਹ ਚੋਂ ਤੇ ਗੈਸ ਨਿਕਲ ਗਈ, ਪੈਪਸੀ ਦੀ ਬੋਤਲ 'ਚ ਭਰ ਦੂੰਗਾ ਗੈਸ। ਹੈ ਵੀ ਇਹ ਇੰਨੀ ਬੜੀ ਹੁਣ ਸੁੱਟਣੀ ਥੋੜੀ ਆ।
ਤੂੰ ਆਈ ਗੈਸ ਲੈਣ ਚੁੱਲ੍ਹੇ ਵਾਲੀ ਆ ਜਾਂ ਮੇਰੇ ਕੋਲ ਸੈਵਨ ਅਪ ਤੇ ਪੈਪਸੀ ਚ ਭਰਾਉਣ ਆਈ ਆ ਕੋਕਾ ਕੋਲਾ ਚ ਗੈਸ? ਓਏ ਉਹ ਗੈਸ ਨਹੀਂ ਹੈਗੀ ਬੀਬੀ, ਕੀ ਤੇਰਾ ਦਿਮਾਗ ਖਰਾਬ ਆ? ਬੋਤਲ ਚੋਂ ਨਿਕਲ ਗਈ ਨਾ ਗੈਸ। ਉਹਦੇ ਬੋਤਲ ਚੋਂ ਨਿਕਲ ਗਈ ਤੇ ਬੋਤਲ ਪੀਓ, ਜਾਨ ਛਡਾਓ ਆਪਣੀ। ਇਹ 6 ਸਾਲਾਂ ਚ ਮਕਾਉਂਦੇ ਇੱਕ ਬੋਤਲ? ਨਹੀਂ ਨਹੀਂ, ਉਹ ਬੱਚਿਆਂ ਨੇ ਇੱਕ ਗਲਾਸ ਪੀਤਾ ਕਿਤੇ ਖੁੱਲੀ ਛੱਡ ਦਿੱਤੀ ਤੇ ਉੱਥੇ ਸਾਰੀ ਗੈਸ ਨਿਕਲ ਗਈ। ਮੈਂ ਕਿਹਾ ਚੱਲ ਮੈਂ ਟੈਨਸ਼ਨ ਨਾ ਲਵੋ, ਮੈਂ ਪਰਵਾ ਕੇ ਤੁਹਾਨੂੰ ਪੂਰੀ ਤੇ ਹੋਊਗੀ। ਨਿੱਕਾ ਮੁੰਡਾ ਹੈਗਾ ਕੋਈ? ਹਾਂ ਨਿੱਕਾ। ਤੇ ਉਹਨੂੰ ਬੋਤਲ ਤੇ 2 ਮਿੰਟ ਬਿਠਾ, ਉਹਨੇ ਗੈਸ ਭਰ ਦੇਣੀ ਤੈਨੂੰ। ਇੱਥੇ ਜੂ ਲੈ ਕੇ ਆਉਣੀ ਤੇ ਫਿਰ ਜਾ ਕੇ ਪੀਣੀ। ਘਰ ਦੀ ਗੈਸ, ਘਰ ਦੀ ਬੋਤਲ ਮੌਜ ਕਰੋ। ਨਹੀਂ ਨਹੀਂ, ਇਹ ਉਹ ਗੈਸ ਵਾਲੀ ਥੋੜੀ ਬੋਤਲ ਪੀਣੀ, ਉਹਦੇ ਚੋਂ ਨਾ ਉਹ ਜਿਹੜਾ ਜਿੰਨਾ ਡਕਾਰ ਆਂਦਾ ਵਾ ਛੂੰ ਕਰਕੇ ਹੁੰਦਾ, ਉਹ ਗੈਸ ਦੀ ਗੱਲ। ਇਹ ਡਕਾਰ ਵਾਲੀ ਨਹੀਂ ਹੈ, ਇਹ ਤਾਂ ਪਹੁੰਚਾਉਣ ਵਾਲੀ ਹੈ। ਇਹਨੂੰ ਹਲਕੀ ਜੀ ਤੀਲੀ ਲੱਗੀ ਤੇ ਠਾ ਹੀ ਆ ਬੰਬ ਧਮਾਕਾ। ਭਗਾਨਿਆਂ ਚ ਭਰ ਦੂੰਗਾ ਗੈਸ। ਮੈਂ ਪਾਰਕ ਅੱਗੇ ਖਲੋਤਾ ਵਾ, ਕਿਆਸੀ ਭਗਾਨੇ ਵੇਚਣ ਦੇ? ਮੈਂ ਕਿਆਸੀ, ਤੂੰ ਚੁੱਲ੍ਹੇ ਵਾਲੀ ਗੈਸ ਹਾਂਡੀ ਰੋਟੀ ਵਾਲੀ ਕਰਨ ਆਈ ਆ ਜਾਂ ਤੂੰ ਹੋਰ ਗੈਸ ਲੱਭਣ ਆਈ ਆ? ਤੇ ਭਗਾਨਿਆਂ ਚ ਗੈਸ ਨਹੀਂ ਭਰੀ ਜਾਂਦੀ? ਓਏ ਐ ਵਾਲੀ ਗੈਸ ਨਹੀਂ ਹੁੰਦੀ ਉਹ ਬੀਬੀ, ਹੋਰ ਗੈਸ ਹੁੰਦੀ ਹੈ ਭਗਾਨਾ। ਤੇ ਭਰਦੇ ਤੂੰ ਗੈਸ, ਗੈਸ ਹੀ ਹੈ ਤੇਰੇ ਕੋਲ, ਹੋਰ ਕੀ ਆ? ਤੇਰੇ ਕੋਲ ਬਸ ਗੈਸ ਹੀ ਰਹਿ ਗਈ, ਹੋਰ ਤੇ ਤੇਰੇ ਕੋਲ ਕੱਖ ਰਹਿ ਨਹੀਂ ਗਿਆ। ਤੂੰ ਲੈਣ ਕੀ ਆਈ ਆ? ਮੈਂ ਗੈਸ। ਤੇ ਗੈਸ ਲੈ ਕਿੰਨੀ ਚਾਹੀਦੀ ਦੱਸ, ਕਿੰਨੀ ਚਾਹੀਦੀ ਹੈ? ਉਹ ਮੈਂ ਦੱਸ ਦਿੰਦੀ ਤੈਨੂੰ। ਕਿਵੇਂ ਕਿਲੋ ਆ? 250 ਰੁਪਏ। 250? ਆਹੋ, ਥੋੜੀ ਘੱਟ ਕਰ। ਘੱਟ ਕੀ ਕਰਾਂ, ਮਤਲਬ ਮੈਂ ਸਬਜ਼ੀ ਵੇਚਣ ਦੇ ਆ? ਨਹੀਂ ਨਹੀਂ, ਬਹੁਤ ਰੇਟ ਲਾਇਆ ਵਾ। ਉਹ ਰੇਟ ਗਵਰਨਮੈਂਟ ਦਾ ਜੋ ਹੋਣਾ ਉਹੀ ਵੇਚਣਾ ਵਾ, ਸਾਨੂੰ ਅੱਜ ਕੀ ਬਚਣਾ ਵਾ? ਤੇ ਗਵਰਨਮੈਂਟ ਕਿਹੜੀ ਸਾਨੂੰ ਜਿਉਣ ਦਿੰਦੀ? ਉਹ ਗੈਸ ਆਉਂਦੀ ਨਹੀਂ, ਬੇਲੇ ਡੇਡੇ ਆ ਜਾਂਦੇ। ਤੇ ਮੈਨੂੰ ਦੱਸਣਾ ਵਾ, ਮੈਂ ਮਤਲਬ ਕੌਣ? ਤੇ ਤੂੰ ਹਕੂਮਤ ਦੇ ਨਕਸ਼ੇ ਕਦਮ ਤੇ ਨਾ ਨਾ ਚੱਲ, ਤੂੰ ਤਾਂ ਥੋੜਾ ਰਹਿਮ ਕਰ, ਜੇ ਉਹ ਰਹਿਮ ਨਹੀਂ ਕਰਦੇ। ਤੇ ਮੈਂ ਤੇ ਰਹਿਮ ਹੀ ਰਹਿਮ ਕਰਨ ਦੇ ਆ। ਆ ਤੇ ਤੂੰ ਰੇਟ ਕਰ, ਸਾਰੇ 270 ਰੁਪਏ ਵੇਚਣ ਦੇ, 80 ਰੁਪਏ ਵੇਚਣ ਦੇ, ਮੈਂ 250 ਵੇਚਣ ਦੇ, ਹੋਰ ਮੈਂ ਤੇਰੇ ਤੇ ਕੀ ਰਹਿਮ ਕਰਾਂ? ਮੈਨੂੰ ਚੱਲ ਉਤਲੇ 50 ਛੱਡ ਦੇ। ਕੀ ਕੀ? ਉਤਲੇ 50 ਛੱਡ ਦੇ। ਉਤਲੇ 50 ਛੱਡ ਦੇ? ਤੈਨੂੰ ਨੁਕਸਾਨ ਕਰਕੇ ਤੈਨੂੰ ਗੈਸ ਦੇ ਦੇ, ਪਾਗਲ ਹੈ ਤੂੰ? ਜਾ ਆਪਣਾ ਕੰਮ ਕਰ। ਅੱਛਾ, ਇਹਦੇ ਚ ਕਿੰਨੀ ਗੈਸ ਆ ਜਾਊਗੀ, ਕਿੰਨੇ ਗੈਸ ਨਾਲ ਭਰ ਜਾਊਗਾ? ਕਿਹੜਾ? ਆ ਇਹਦੇ ਵਿੱਚ ਪੈ ਜਾਏਗੀ 5-6 ਕਿਲੋ ਪੈ ਜਾਊਗੀ। ਕਿੰਨੀ? 5-6 ਕਿਲੋ ਪੈ ਜਾਊਗੀ। ਬੜੀ ਤੰਗੀ ਹੁੰਦੀ ਜਦੋਂ ਰਾਤ ਨੂੰ, ਅੱਧੀ ਰਾਤ ਨੂੰ ਮੁੱਕ ਜਾਂਦੀ ਨਾ ਗੈਸ, ਤੇ ਬੜੀ ਤੰਗੀ ਹੁੰਦੀ। ਨਹੀਂ ਤਾਂ ਤੁਸੀਂ ਪਹਿਲੇ ਭਰਾ ਕੇ ਰੱਖੋ ਨਾ, ਤੁਹਾਨੂੰ ਮੁੱਕਣੀ ਨਾ ਪਵੇ। ਇਸ ਲਈ ਤੇ ਕਹਿੰਦੀ 15 ਕਿਲੋ ਭਰ ਦੇ। ਕਿਹਦੇ ਚ? ਇਹਦੇ ਚ। ਉਹਦੇ ਚ 15 ਕਿਲੋ ਬੀਬੀ ਨਹੀਂ ਆਉਂਦੀ ਹੈ, ਮੈਂ ਤੈਨੂੰ ਹੁਣ ਕੀ ਦੱਸ? ਇਹਦੀ 15 ਕਿਲੋ ਆਉਣੀ ਹੈ, ਪਾੜਨਾ ਵਾ ਸਿਲੰਡਰ, ਲੋਕਾਂ ਨੂੰ ਜ਼ਖਮੀ ਕਰਾਉਣਾ। ਨਹੀਂ ਨਹੀਂ, ਮੈਨੂੰ ਬੜੀ ਤੰਗੀ ਹੁੰਦੀ, ਪਤਾ ਕੀ ਗੱਲ ਹੈ, ਰਾਤ ਨੂੰ ਨਾ ਮੁੱਕ ਜਾਂਦੀ ਗੈਸ, ਤੇ ਮੈਨੂੰ ਫਿਰ ਤੰਗੀ ਹੁੰਦੀ, ਹਾਂਡੀ ਨਹੀਂ ਸਹੀ ਪੱਕਦੀ ਹੈ। ਤੇਰਾ ਬੰਦਾ ਬਿਮਾਰ ਆ? ਨਹੀਂ, ਉਹਨੂੰ ਸਾਹ ਦਾ ਮਸਲਾ ਵਾ। ਨਹੀਂ ਨਹੀਂ, ਇਹਦੇ ਨਾਲ ਲਾ ਕੇ ਤੇ ਆਕਸੀਜਨ ਲਾਉਣੀ ਉਹਨੂੰ। ਮੈਂ ਪਾਗਲ, ਅੱਧੀ ਰਾਤ ਨੂੰ ਆਪਣੇ ਬੰਦੇ ਨੂੰ ਬਾਹਰ ਕੱਢਾਂ, ਚੜੇਲਾ ਚਿੰਬੜ ਗਈਆਂ, ਕੌਣ ਜ਼ਿੰਮੇਦਾਰ? ਜਿਹੜੀ ਉਹਨੂੰ ਪਹਿਲੇ ਚਿੰਬੜੀ ਹੋਈ ਉਹਦਾ ਕੀ ਹਿਸਾਬ ਕਿਤਾਬ ਆ? ਇਹ ਹੀ ਚਿੰਬੜੀ ਬੜੀ ਆ ਉਹਨੂੰ। ਓਏ ਐ ਤੇ ਜੇ ਨਹੀਂ ਪੈਣੀ, 6-7 ਕਿਲੋ, 6-7 ਕਿਲੋ ਪੈਣੀ ਆ ਇਹਦੇ ਵਿੱਚ। ਨੱਪ ਕੇ ਪਾ ਦੇ। ਹੈਂ? ਨੱਪ ਕੇ ਪਾ ਦੇ, 10 ਕੁ ਕਿਲੋ ਪਾ ਨਾ ਤੇ ਉੱਤੇ ਬਹਿ, ਤੇ ਉਹ ਨੱਪੀ ਜਾਊਗੀ, 5 ਕਿਲੋ ਹੋਰ ਪਾ ਦੇ। ਯਾਨੀ ਕਿ ਥੱਲੇ ਭਾ ਭਾ ਕੇ ਪਾਉ? ਹਾਂ, ਇਹਦੇ ਚ ਮਿੱਟੀ ਭਰਾਉਣਾ ਹੀ ਆ ਤੂੰ। ਕਿਉਂ? ਉਹਨੂੰ ਪਾ ਕੇ ਤੇ ਮੈਂ ਕਰਾਂਗਾ ਤੇ ਉਹ ਬਹਿ ਜਾਏਗੀ, ਹੋਰ ਮਿੱਟੀ ਪਾ ਦੇਵਾਂਗਾ ਉੱਤੇ। ਕੈਸਾ ਤੇਰਾ ਦਿਮਾਗ ਆ ਬੀਬੀ? ਤੇ ਤੂੰ ਕਾਹਦਾ ਕਾਰੀਗਰ ਆ ਜੇ ਇਹਦੇ ਚ ਤੂੰ 15 ਕਿਲੋ ਗੈਸ ਨਾ ਪਾਵੇਂ? ਤੇ ਇਹਦੇ ਚ ਕਾਰੀਗਰੀ ਵਾਲੀ ਤੇ ਗੱਲ ਹੀ ਕੋਈ ਨਹੀਂ, ਉਹਦੇ ਚ ਜਗ੍ਹਾ ਹੀ ਇੰਨੀ ਹੈ, ਉਹਦੇ ਚ ਮੈਂ ਵੱਧ ਗੈਸ ਪਾ ਹੀ ਨਹੀਂ ਸਕਦਾ। ਅੱਛਾ, ਹਾਂ ਤੇ ਫਿਰ ਇੰਜ ਕਰਕੇ ਤੂੰ ਇਹਦੇ ਚ ਚੱਲ 15 ਨਹੀਂ ਤੇ ਤੂੰ 12 ਕਿਲੋ ਪਾ ਦੇ। ਚੱਲ 3 ਕਿਲੋ ਤਾਂ ਹੁਣ ਮੈਂ ਘਟਾਈ ਦਿੱਤੀ ਹੈ। ਉਹ ਤੈਨੂੰ ਇਹਦੇ ਚ ਮੈਂ 7-8 ਕਿਲੋ ਪਾ ਦੇਣਾ, ਇਸ ਉੱਤੇ ਨਹੀਂ ਪੈਣੀ, ਪਾੜ ਜਾਣਾ ਵਾ ਲੋਕਲ ਜਿਹਾ ਸਿਲੰਡਰ ਆ, ਕਿਉਂ ਅੱਗ ਲਵਾਉਣੀ ਆ, ਕਿਉਂ ਮੈਨੂੰ ਮਰਵਾਉਣਾ ਹੀ? ਅੱਛਾ ਵੀਰੇ, ਆਪਣਾ ਛੁਰਲੀਆਂ ਚ ਵੀ ਗੈਸ ਭਰ ਦੂੰਗਾ? ਕਿਹੜੀ ਛੁਰਲੀ ਹੈ, ਤੇਰੇ ਚ ਭਰ ਦੋ। ਨਹੀਂ ਨਹੀਂ, ਆ ਸ਼ਪਰਾਤ ਨੂੰ ਜਿਹੜੇ ਛੁਰਲੀਆਂ ਪਟਾਕੇ ਬੱਚਿਆਂ ਨੂੰ ਲੈ ਕੇ ਦੇਈਦੇ ਆ, ਪਟਾਸ ਮੁੱਕ ਜਾਂਦੀ ਨਾ ਛੁਰਲੀਆਂ ਖਾਲੀ ਹੋ ਜਾਏ, ਬੰਦਾ ਉਹ ਚ ਗੈਸ ਭਰਾ ਕੇ ਫੇਰ ਚੱਲਣ ਲੱਗ ਪੈਣੀ। ਵਾਹ ਦਾ ਨਾ ਬੀਬੀ, ਕਿਹੜੀ ਛੁਰਲੀ ਪਟਾਕੇ ਜਿਹਦੇ ਗੈਸ ਚੱਲਦੀ ਹੈ?
ਉਹਦੀ ਬਰੂਦ ਚੱਲਦਾ ਵਾ। ਆਹ ਤੇ ਬਰੂਦ ਮੁੱਕ ਜਾਂਦਾ ਨਾ ਚਲਾ ਕੇ ਤੇ ਉਹ ਖਾਲੀ ਜਿਹੜੇ ਹਾਲ ਉਹ ਸੁੱਟਣੇ ਥੋੜੀ ਆ। ਤੂੰ ਘਰ ਉਹ ਚ ਗੈਸ ਭਰਾ ਲਵੇ। ਤੂੰ ਘਰ ਜਾ ਤੇ ਜਾ ਕੇ ਆਪਣਾ ਨਾ ਫਿਰ ਗੈਸ ਵਾਲਿਆਂ ਨੂੰ ਦਰਖਾਸਤ ਦੇ ਤੇ ਗੈਸ ਲਵਾ। ਤੂੰ ਭਰਵਾਉਣ ਵਾਲੀ ਨਹੀਂ ਹੈਗੀ। ਗੈਸ ਲੱਗੀ ਆ ਆਉਂਦੀ ਨਹੀਂ। ਕਿਸੇ ਨਾਲ ਗੱਲਾਂ ਤੂੰ ਕਰੀ ਜਾਂਦੀ ਹੈ। ਛੋਟਾ ਵਾ ਤੇ ਏਦਾਂ ਕਰ ਆ ਨਾ ਬਟਨ ਖੋਲ ਕੇ ਤੇ ਇਹ ਥੋੜਾ ਲੰਬਾ ਕਰ ਲਾ। ਸ਼ਲਵਾਰ ਲੈ ਕੇ ਆਈ ਮੈਂ ਨੇਫਾ ਪਾ ਕੇ ਲੰਮੀ ਤੇਰੀ ਕਰਕੇ ਦੇਣੀ ਹੈ। ਸਿਲੰਡਰ ਆ ਨਹੀਂ ਨਹੀਂ ਇਹਦਾ ਇੱਕ ਹਿੱਸਾ ਥੱਲੇ ਵੀ ਆ। ਇਧਰ ਨੂੰ ਇੱਕ ਬਟਨ ਲਾ ਪਹਿਲੇ ਉਹਨੂੰ ਦੱਬੇਗਾ ਤੇ ਇਹ ਥਲਵਾ ਪੋਰਸ਼ਨ ਖੁੱਲ ਜਾਊਗਾ ਤੇ ਗੈਸ ਜਿੰਨੀ ਮਰਜ਼ੀ ਪਵਾ ਲਓ। ਹਾਂ ਬੜੀ ਇੰਜੀਨੀਅਰ ਹੈ ਕਰਕੇ ਲਿਆ ਕਰੋ। ਚੱਲ ਨਿਕਲ ਇੱਥੋਂ ਮੇਰੀ ਜਾਨ ਛੱਡ। ਨਹੀਂ ਭਰਨੀ ਤੂੰ। ਓਏ ਇਹਦੀ ਜਾਉਂਦੀ ਨਹੀਂ ਜਿੰਨੀ ਤੂੰ ਕਹਿੰਦੀ ਹੈ ਇਹਦੀ ਭਰਨੀ ਹੈ। ਸੱਤ ਮੇਰੇ ਹੱਥ ਨੂੰ ਬੜੀ ਪਰੇਸ਼ਾਨ ਹੋਣੀ ਜਦੋਂ ਗੈਸ ਮੁੱਕ। ਤੂੰ ਇਦਾਂ ਕਰ ਇਹ ਪੈਪ ਹੈਗਾ ਗੈਸ ਵਾਲਾ ਤੇਰੇ ਕੋਲ? ਹੈ ਪੈਪ ਹੈਗਾ? ਪੈਪ ਕਿਉਂ ਨਹੀਂ ਹੈ? ਪੈਪ ਹੀ ਹੋਰ ਕੀ ਹੈ? ਜਿਹਦੇ ਨਾਲ ਮੈਂ ਗੈਸ ਭਰਨਾ ਪੈਪ ਹੀ। ਹਾਂ ਨਹੀਂ ਨਹੀਂ ਐਕਸਟਰਾ ਪਾਪ ਪੈਪ ਇਹਦੇ ਨਾਲ ਲਾਣਾ। ਉਹਨੂੰ ਕੀ ਕਰਨਾ ਹੀ? ਦੱਸ ਤੇ ਸਹੀ ਹੈਗਾ ਵਾ? ਆਹੋ ਹੈਗਾ ਵਾ। ਇਹਦੇ ਨਾਲ ਲਾ ਕੇ ਡਾਇਰੈਕਟ ਮੇਰੇ ਘਰ ਲਾ। ਕੀ ਗੱਲ ਆ? ਹਾਂ ਵੱਡੀ ਸਾਲੀ ਹੈ ਤੂੰ ਮੇਰੀ ਕਿ ਤੇਰੀਆਂ ਮੈਂ ਨਹੀਂ ਇਹ ਗੱਲਾਂ ਮੰਨਣਾ। ਇੱਕ ਇੱਦਾਂ ਦਾ ਹੈਂਡਲ ਵੀ ਲਾ ਦੇ ਨਾ ਜਿਹਦੇ ਨਾਲ ਗੈਸ ਇੰਜ ਕਰਕੇ ਭਰੀ ਦੀ ਉਹ ਮੇਰੇ ਘਰ ਲਾ ਦੇ। ਮੈਂ ਆਪੇ ਉੱਥੋਂ ਭਰ ਲਿਆ ਕਰੂੰਗੀ। ਜਿੰਨਾ ਬਿੱਲ ਬਣੂਗਾ ਮੈਂ ਆ ਕੇ ਤੰਦੇ ਜਾਇਆ ਕਰਾਂਗੀ। ਤੇਰਾ ਦਿਮਾਗ ਪਾਗਲ ਤੇ ਨਹੀਂ? ਤੂੰ ਪਾਗਲਖਾਨੇ ਉੱਤੇ ਨਹੀਂ ਦੌੜੀ ਦੀ? ਕੀ ਹੋਇਆ? ਪੈਪ ਇੱਥੋਂ ਪੈਂਦੇ ਨੇ ਗੈਸਾਂ ਦੇ। ਇਹ ਗਵਰਨਮੈਂਟ ਦਾ ਕੰਮ ਹੁੰਦਾ, ਹਕੂਮਤਾਂ ਪਾਉਂਦੀਆਂ ਨੇ ਪੈਪ ਘਰਾਂ 'ਚ। ਮੈਂ ਨਹੀਂ ਪਾਉਣਾ। ਆ 15 ਕੁ ਘਰ ਦਾ ਪਾਇਆ ਵਾ ਨਾਲ? ਆਹੋ 15 ਘਰ ਦੇ ਨਾਲ 16ਵਾਂ ਘਰ ਮੇਰਾ ਵਾ। ਇੰਨਾ ਪੈਪ ਨਹੀਂ ਹੈਗਾ ਤੇਰੇ ਕੋਲ? ਇੱਥੋਂ ਤੂੰ ਪੈਪ ਲਾ ਕੇ ਡਾਇਰੈਕਟ ਮੇਰੇ ਘਰ ਪਹੁੰਚਾ ਦੇ। ਘਰ ਦਾ ਪਤਾ ਤੇ ਤੂੰ ਐਨੀ ਮੈਨੂੰ ਦੱਸਣ ਦੀ ਜਿਵੇਂ ਤੈਨੂੰ ਮੈਂ ਮਿਲਣ ਆਉਣਾ ਉੱਥੇ ਕਿ ਮੈਂ 16ਵਾਂ ਘਰ ਮੇਰਾ ਵਾ। 2 ਵਜੇ ਅੱਜ ਮੇਰਾ ਬੰਦਾ ਘਰ ਨਹੀਂ ਹੁੰਦਾ ਤੇ ਗੈਸ ਦੇ ਏਜੰਟ ਨਾਲ ਗੈਸ ਭਰ ਜਾ। ਬਿੱਲ ਲੈਣ ਨਹੀਂ ਆਉਣਾ ਤੂੰ? ਮੈਂ ਬਿੱਲ ਕਿਉਂ ਤੇਰੇ ਘਰ ਲੈਣਾ ਵਾ? ਮੈਂ ਮੁਲਾਜ਼ਮ ਆ ਸਰਕਾਰੀ ਕਿ ਬਿੱਲ ਲੈਣ ਵੀ ਮੈਂ ਤੇਰੇ ਘਰ ਜਾਣਾ ਜਾਂ ਸੁੱਟਣ ਜਾਣਾ? ਨਾ ਲੈ ਪੈਪ ਲਾ ਨਾ। ਮੈਂ ਪੈਪ ਕਿਉਂ ਲਾਵਾਂ? ਪੈਪ ਲਾਏਗਾ ਤੇ ਗੈਸ ਪਹੁੰਚੂਗੀ ਸਾਡੇ ਘਰ। ਮੈਂ ਰੋਜ਼ ਰੋਜ਼ ਤੇਰੀ ਦੁਕਾਨ ਤੇ ਆ ਕੇ ਮੈਂ ਖੱਪ ਖਪਈਆ ਕਰਨਾ ਹੁੰਦਾ ਵੀ ਪੈਪ ਉੱਥੇ ਲੱਗਾ ਹੋਊਗਾ ਮੈਂ ਆਪੇ ਭਰ ਲਿਆ ਕਰੂੰਗੀ। ਤੈਨੂੰ ਨਾ ਗੈਸ ਚਾਹੀਦੀ, ਮੈਂ ਹਿਸਾਬ ਲਾ ਲਿਆ ਤੈਨੂੰ ਵੈਸੇ ਗੈਸ ਹੋਈ ਤੇਰੇ ਦਿਮਾਗ ਨੂੰ ਕਿਹੜੀ ਮੈਨੂੰ ਪਾਗਲ ਕਰਨ ਨਹੀਂ ਪੜ। ਉੱਥੇ ਹੋਰ ਵੀ ਦੁਕਾਨਾਂ ਲਿਆ ਰਹੇ ਉਹਨਾਂ ਕੋ ਭਰਾ ਮੈਂ ਨਹੀਂ ਪੜ। ਅੱਛਾ ਚੱਲ ਇੱਥੇ ਤੇ ਪਰਦੇ ਹੋਣਾ ਪੈਪ ਤੇ ਚੱਲ ਇੱਕ ਦੋ ਦਿਨ ਕੱਢ ਕੇ ਲਾ ਦੇ। ਪੈਪ ਮੂਵ ਨਹੀਂ ਮੈਂ ਲਾਣਾ ਲੂਣਾ। ਪੈਪ ਮੇਰੇ ਕੋ ਪੈਪ ਖਾ ਨਾ ਲੈਵੀ। ਅੱਲਾ ਮਾਫ ਕਰੇ ਤੂੰ ਕਿੱਦਾਂ ਦੀਆਂ ਗੱਲਾਂ ਕਰਦਾ ਵੀਰੇ? ਅੱਛਾ ਮੈਂ ਕਰਦਾ ਵਾਂ ਤੇ ਤੂੰ ਕਿੱਦਾਂ ਦੀਆਂ ਕਰਨ ਰਹੀ? ਚੱਲ ਤੂੰ ਲਾ ਪੈਪ ਲਾ ਇਹਦੇ ਚ ਪਹਿਲੇ ਭਰਦੇ ਨਾ 6 ਕਿਲੋ 7 ਕਿਲੋ ਭਰਦੇ ਚੱਲ ਤੇ ਪੈਪ ਮੈਨੂੰ ਹੱਥ ਚ ਫੜਾ ਦੇ ਮੈਂ ਆਪੇ ਲੈ ਜਾਣੀ ਆਪੇ ਲਵਾ ਲੈ। ਮੈਂ ਪੈਪ ਤੇਰੇ ਹੱਥ ਚ ਫੜਾ। ਹਾਂ ਪੈਪ ਮੇਰੇ ਹੱਥ ਚ ਫੜਾ। ਫੜ ਕੇ ਜਾਂਦੀ ਚੰਗੀ ਲੱਗੇਗੀ ਤੇ ਜਾ ਕੇ ਚੁੱਲ੍ਹੇ 'ਚ ਲਾਵਾਂਗੀ ਤੇ ਆ ਕਰਾਂਗੀ। ਪਾਗਲ ਹੋ ਗਈ ਇੱਥੋਂ ਗੈਸ ਚੁੱਲ੍ਹੇ 'ਤੇ ਲਾਉਣਾ ਹੀ ਨਹੀਂ ਵੀਰੇ। ਉਹ ਬਾਲਟੀਆਂ ਬੁਲਟੀਆਂ ਭਰ ਲੈਣੀਆਂ ਮੈਂ ਗੈਸ ਨਾਲ ਸਾਰੀਆਂ ਟੱਪ ਟੁੱਪ ਵੀ ਭਰ ਲੈਣਾ। ਉਹ ਪਾਣੀ ਦੇ ਨਾ ਤੈਨੂੰ ਮੈਂ ਕਨੈਕਸ਼ਨ ਪਾਣੀ ਦਾ ਲਵਾਉਣਾ ਹੀ ਟੱਪ ਟੁੱਪ ਭਰ ਲੈਣਾ ਗੈਸ ਭਰ ਲੈਣੀ।
ਨਹੀਂ ਨਹੀਂ ਚਲੋ ਬਾਲਟੀਆਂ ਟੱਪ ਰਹਿਣ ਦੇ, ਮੈਂ ਉੱਤੇ ਟੈਂਕੀ ਜਿਹੜੀ ਲੱਗੀ ਨਾ ਮੈਂ ਉਹ ਭਰ ਲੂੰਗੀ ਇੱਕੋ ਦਫਾ। ਮੈਂ ਕਿਹਾ ਵੱਡੀ ਟੈਂਕੀ ਭਰ ਲੂੰਗੀ। ਫੜ ਆਪਣਾ ਸਿਲੰਡਰ। ਕੀ ਹੋਇਆ ਇੱਥੋਂ ਨਿਕਲਣ ਵਾਲੀ ਗੱਲ? ਨਿਕਲਣਾ ਕਿਉਂ? ਮੈਂ ਗੈਸ ਬੂਸ ਦੇਣੀਆਂ ਨਾਸਾ 'ਚ ਪੈਪ ਦੇ ਦੇਣਾ ਵਾ ਤੇ ਤੈਨੂੰ ਮੈਂ ਡੀ ਫਲਾ ਕੇ ਇੱਥੋਂ ਭੇਜਣਾ ਵਾ ਵੀਰੇ। ਕਿੱਥੇ ਫਿਰ ਤੇਰੇ ਬੰਦੇ ਨਾਲ? ਅਯਾ ਕਰ ਅਯਾ ਕਰ ਵੀਰੇ ਅਯਾ ਕਰ। ਪੈਪ ਨਹੀਂ ਦੇਣਾ ਤੂੰ ਇੱਥੇ ਤੇ ਭਰ ਕੇ ਪੈਪ ਤੈਨੂੰ ਮੈਂ ਦੇ ਦੇਣਾ ਤੇਰੀਆਂ ਨਾਸਾ 'ਚ। ਮੈਂ ਤੈਨੂੰ ਦੱਸਿਆ ਨਾ ਤੇ ਚਲਾਵਾਂਗਾ ਗੈਸ ਘਰ ਜਾ ਕੇ ਤੂੰ ਪਾਟੇਗੀ ਤੇਰੇ ਬੰਦੇ ਨੂੰ ਪਤਾ ਲੱਗੂਗਾ ਕਿ ਇਹਦੇ ਨਾਲ ਬਣੀਆਂ ਕੀ ਨਿਕਲ। ਟੁੱਕਰ ਟੁੱਕਰ ਦੀਆਂ ਗੱਲਾਂ ਵੇ ਮੈਂ ਕਰੂੰ।